हाँ जी, किवें हो? स्वागत है जी मेरे चैनल ते तुहाडे सारिआं दा। हाँ जी, जिहड़े जी विद्यार्थी 12वीं ते 10वीं क्लास च ने जी, उहनां दे लई मैं इक मतलब अपडेट या मान लो या कुछ मैं उहनां दे लई लै के आया वा। जिवें कि तुहानूं पता है कि जिहड़े 12वीं क्लास दे विद्यार्थी ने उहनां कोल कईआं कोल मतलब किताबां या बुक्स नहीं हुंदीआं हैगीआं, तां जिहड़े वी विद्यार्थी इंट्रस्टड ने पढ़न दे विच, तां उह अपनी मतलब आह जिहड़ी वैबसाइट है जी PSEB दी, इत्थों मतलब उह अपनी ऑनलाइन बुक्सां वी मतलब देख सकदे ने या पढ़ सकदे ने। आह देखो जी, मैं तुहानूं दिखा देना जी। बुक्स दे विच तुसीं जाणा वा ते ई बुक्स ते क्लिक करना जी। ते ई बुक्स ते क्लिक करन तों बाद थोनू जी, पहला तो तुसीं PSEB दी वैबसाइट खोल ली जी। उस तो बाद फिर थोनू बुक्स वाले कॉलम ते क्लिक कर देना वा। फिर उस तो बाद ई बुक्स ते मतलब क्लिक करके आह आ जाणगे जी सामने। ते उस तो बाद आ देखो जी लिखा होया 12वीं क्लास, 11वीं, 10वीं, 9वीं, 8वीं, 7वीं, 6वीं, 5वीं, ते चौथी, तीजी, दूजी ते पहली। ते जिवें हुण तुहानूं पता वा कि साडे जिहड़े स्कूल हुंदे आ जी 8वीं तक, तां मतलब जिहड़े स्कूल दे विच ही बुक्सां मिलदियां हन ते उह अपने पैटर्न दे हिसाब नाल ही मतलब बुक्स नूं दिवांदे हन ते मतलब उहनां नूं ही उही पढ़ाउंदे हन जी। ते बाकी जिहड़ी अपनी 9वीं होगी क्लास, 10वीं, 11वीं, 12वीं, इह बुक्सां सानूं मतलब बाहर तों लैणियां पैंदियां ने, जिहड़ियां कि बोर्ड ने लवाईआं हुंदियां ने। ते जी जिहड़ी 12वीं क्लास दी बुक आई, ते 11वीं दी, ते 10वीं दी, ते 9वीं दी, ते तुसीं इत्थे मतलब देख सकदे हो जी कि जिवें क्लास 12 आई, इत्थे तुहानूं आ बुक्सां मिल जाणगियां जिहड़े जिहड़े क्लास 12वीं 'च ने जी। ते जी आपां इह 'च मतलब मिक्स करके दित्तियां होईआं ने जी, साइंस, कमर्स, आर्ट्स वालिआं दी। जिवें आ देखो फिजिक्स हैगी आ, ਇਹ ਆਈ ਹੈ ਜੀ ਮਤਲਬ ਸਾਇੰਸ ਵਾਲਿਆਂ ਦੀ, ਮਤਲਬ ਜਿਨ੍ਹਾਂ ਨੇ ਐਡੀਸ਼ਨਲ ਕਿਸੇ ਵੀ ਮਤਲਬ ਹੋਰ ਵੀ ਕਿਸੇ ਮਤਲਬ ਜਿਵੇਂ ਤੁਸੀਂ ਕਮਰਸ 'ਚ ਹੋ ਤਾਂ ਤੁਹਾਨੂੰ ਮਤਲਬ ਅਕਾਊਂਟਸ ਹੋਣਗੀਆਂ ਜੀ, ਇਕਨੋਮਿਕਸ ਹੋ ਗਈਆਂ, ਬਿਜ਼ਨਸ ਸਟੱਡੀ, ਈ ਬਿਜ਼ਨਸ, ਅਤੇ ਬਾਕੀ ਮਤਲਬ ਹੋਰ ਜਿਹੜੀਆਂ ਹੈਗੀਆਂ ਨੇ। ਆਹ ਦੇਖੋ ਜੀ ਇੱਥੇ ਮਤਲਬ ਜਿਹੜਾ ਵੀ ਤੁਹਾਡਾ ਸਬਜੈਕਟ ਹੋਊਗਾ ਉਹ ਤੁਸੀਂ ਡਾਊਨਲੋਡ ਕਰ ਸਕਦੇ ਹੋ ਜੀ। ਜਿਵੇਂ ਆਹ ਦੇਖੋ ਜੀ ਹੋਮ ਸਾਇੰਸ ਹੋ ਗਿਆ, ਜੀਓਗ੍ਰਾਫੀ ਹੋ ਗਈ ਜੀ, ਇੰਗਲਿਸ਼ ਗਰਾਮਰ, ਅਤੇ ਐਵੇਂ ਫਿਜ਼ਿਕਸ, ਮੈਥ ਹੋ ਗਿਆ ਜੀ, ਅਤੇ ਬਾਇਓਲੋਜੀ ਹੋ ਗਈ, ਕੈਮਿਸਟਰੀ ਹੋ ਗਈ, ਫਿਜ਼ਿਕਸ ਹੋ ਗਈ, ਅਤੇ ਬਾਕੀ ਇੱਥੇ ਵੀ ਆਹ ਦੇਖੋ ਜੀ ਮੈਥ ਆ ਗਿਆ ਜੀ ਉਰੇ, ਅਤੇ ਕੰਪਿਊਟਰ ਸਾਇੰਸ, ਇਨਵਾਇਰਮੈਂਟ ਐਜੂਕੇਸ਼ਨ। ਆਹ ਦੇਖੋ ਜੀ ਜਿਵੇਂ ਇਨਵਾਇਰਮੈਂਟ ਐਜੂਕੇਸ਼ਨ ਆ ਜੀ, ਐਵੇਂ ਤੁਸੀਂ ਡਾਊਨਲੋਡ ਕਰ ਲੈਣਾ ਵਾ ਇੱਥੋਂ। ਇਹ ਮੈਂ ਡਾਊਨਲੋਡ ਕੀਤਾ ਹੋਇਆ ਸੀਗਾ ਜੀ, ਤੁਹਾਨੂੰ ਮੈਂ ਦਿਖਾ ਦੇਣਾ ਜੀ। ਆਹ ਦੇਖੋ ਜੀ ਆਹ ਮੈਂ ਇਨਵਾਇਰਮੈਂਟ ਵਾਲੀ ਡਾਊਨਲੋਡ ਕੀਤੀ ਹੋਈ ਸੀ ਬੁੱਕ, ਹਜੇ ਇੱਥੋਂ ਹੀ ਮੈਂ ਕੀਤੀ ਹੈ ਜੀ, ਅਤੇ ਬਾਕੀ ਮੈਂ ਤੁਹਾਨੂੰ ਦਿਖਾ ਦੇਣਾ ਜੀ। ਆਹ ਦੇਖੋ ਜੀ ਆਹ ਹੈਗੇ ਇਨਵਾਇਰਮੈਂਟ ਦੀ EVS ਦੀ ਕਲਾਸ 12ਵੀਂ ਦੀ। ਅਤੇ ਜਿਹੜੇ ਵੀ ਵਿਦਿਆਰਥੀ ਇੰਟਰਸਟਿਡ ਨੇ ਪੜ੍ਹਨ ਦੇ ਵਿੱਚ ਜਾਂ ਜਿਨ੍ਹਾਂ ਕੋਲ ਬੁੱਕਸ ਨਹੀਂ ਹੈਗੀ, ਤਾਂ ਉਹ ਇੱਥੇ ਮਤਲਬ ਡਾਊਨਲੋਡ ਕਰਕੇ ਮਤਲਬ ਪੜ੍ਹ ਸਕਦੇ ਨੇ। ਅਤੇ ਬਾਕੀ ਇਹ ਇੰਗਲਿਸ਼ ਮੀਡੀਅਮ ਹੈ, ਜਿਨ੍ਹਾਂ ਦਾ ਪੰਜਾਬੀ ਮੀਡੀਅਮ ਹੈ ਉਹ ਪੰਜਾਬੀ ਮੀਡੀਅਮ ਵੀ ਡਾਊਨਲੋਡ ਕਰ ਸਕਦੇ ਨੇ ਜੀ। ਅਤੇ ਆਹ ਦੇਖੋ ਜੀ ਅਤੇ ਪੂਰੀ ਬੁੱਕਸ ਮਤਲਬ ਇੱਧਰ ਆ ਗਈਆਂ ਨੇ, ਅਤੇ ਜਿਨ੍ਹਾਂ ਨੇ ਵੀ ਪੜ੍ਹਨਾ ਵਾ ਉਹ ਇੱਥੋਂ ਪੜ੍ਹ ਸਕਦਾ ਹੈ। ਜਿਨ੍ਹਾਂ ਕੋਲ ਬੁੱਕ ਹੈ ਨਹੀਂ ਜਾਂ ਖਰੀਦਣ ਦੀ ਮਤਲਬ ਥੋੜ੍ਹੀ ਮਤਲਬ ਪ੍ਰੋਬਲਮ ਹੈ, ਤਾਂ ਉਹ ਬੇਸ਼ੱਕ ਮਤਲਬ ਇੱਥੋਂ ਡਾਊਨਲੋਡ ਕਰ ਸਕਦੇ ਨੇ ਜੀ। ਅਤੇ ਇਸੇ ਤਰ੍ਹਾਂ ਹੀ ਮਤਲਬ ਸਾਰੀਆਂ ਕਲਾਸ ਦੀਆਂ ਅਤੇ ਸਾਰੇ ਮਤਲਬ ਜਿਹੜੀਆਂ ਵੀ ਹੈਗੀਆਂ ਨੇ ਇਹਦੇ ਵਿੱਚ ਤੁਸੀਂ ਇਹ ਦੇਖ ਸਕਦੇ ਹੋ ਜੀ। ਅਤੇ ਬਾਕੀ ਇੱਥੇ ਤੁਸੀਂ ਦੇਖ ਸਕਦੇ ਹੋ, ਇੱਥੇ ਹੋ ਗਿਆ ਕੈਮਿਸਟਰੀ, ਬਾਇਓਲੋਜੀ, ਅਤੇ ਬਾਕੀ ਆਹੀਂ ਕੰਪਿਊਟਰ ਸਾਇੰਸ, ਇਸ ਤਰ੍ਹਾਂ ਦੀਆਂ ਬੁੱਕਸਾਂ ਨੇ ਜੀ। ਅਤੇ ਜਿਹੜੀਆਂ ਤੁਹਾਨੂੰ ਲੱਗੀਆਂ ਨੇ ਜੀ ਉਹ ਡਾਊਨਲੋਡ ਕਰ ਲਓ। ਅਤੇ ਬਾਕੀ ਮੈਂ ਤੁਹਾਨੂੰ ਆਹੀ ਦੱਸਣਾ ਸੀਗਾ ਜੀ। ਅਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਜੀ ਮੇਰੀ ਲਾਈਕ ਕਰ ਦਿਓ, ਕਮੈਂਟ ਕਰ ਦਿਓ ਜੀ, ਸ਼ੇਅਰ ਕਰ ਦਿਓ। ਜੇਕਰ ਮੇਰਾ ਚੈਨਲ ਤੁਹਾਨੂੰ ਵਧੀਆ ਲੱਗਿਆ ਤਾਂ ਜੀ ਸਬਸਕ੍ਰਾਈਬ ਵੀ ਕਰ ਲਿਓ। ਧੰਨਵਾਦ।